ਕੌਰ, ਪ੍ਰਧਾਨਗੀ ਮੰਡਲ ਦੇ ਸਨਮੁੱਖ ਹਾਜ਼ਰੀਨ, ਮੇਰੀ ਕਵਿਤਾ ਹੈ ਮੇਰੀ ਅਰਦਾਸ। ਸਹਿਕਦੇ ਜਿਹੇ ਜਜ਼ਬਾਤ ਪੰਜਾਬ ਤੇਰੇ ਲਈ, ਸਹਿਕਦੇ ਜਿਹੇ ਜਜ਼ਬਾਤ ਪੰਜਾਬ ਤੇਰੇ ਲਈ, ਸੁਲਗਦੇ ਜਿਹੇ ਅਹਿਸਾਸ ਪੰਜਾਬ ਤੇਰੇ ਲਈ। ਕਸਮ ਤੇਰੀ ਮਿੱਟੀ ਦੀ ਖਾਵਾਂ ਕਿ ਮਾਵਾਂ ਦੀ, ਮਹਿਕਦੇ ਹਨ ਦੋਵਾਂ ਕੋਲ ਗੁਲਾਬ ਤੇਰੇ ਲਈ। ਤੇਰੀ ਮਿੱਟੀ ਵਿੱਚ ਉੱਗਦੇ ਹਨ ਸੂਹੇ ਗੁਲਾਬ, ਤੇਰੀ ਮਿੱਟੀ ਵਿੱਚ ਰਲੇ ਹਨ ਰਾਵੀ ਅਤੇ ਚਨਾਬ। ਤੇਰਾ ਪਾਣੀ ਪੀ ਕੇ ਹਨ ਪਲਦੇ ਜੋ ਪੁੱਤ ਸੂਰਮੇ, ਉਹ ਮਾਵਾਂ ਦੇ ਪੁੱਤਰ ਹਨ ਕੱਲੇ ਕੱਲੇ ਨਵਾਬ। ਮਹਿਕਦੀ ਖੁਸ਼ਬੂ 'ਚ ਫੇਰੇ ਖਿਲਰ ਜਾਂਦੀ ਉਦੋਂ, ਡਾਕਟਰ ਸਾਹਿਬ ਚੌਥ ਸਿਕਾ, ਮਹਿਕਦੀ ਖੁਸ਼ਬੂ 'ਚ ਫੇਰੇ ਖਿਲਰ ਜਾਂਦੀ ਉਦੋਂ, ਝੂਮਦੀ ਜਵਾਨੀ ਜਿੱਧਰੋਂ ਵੀ ਲੰਘ ਜਾਂਦੀ ਜਦੋਂ। ਪੁੱਤਾਂ ਨੂੰ ਪਰਦੇਸੀ ਹੋਣਾ ਪੈਂਦਾ ਰੋਟੀ ਦੀ ਖਾਤਿਰ, ਮਾਵਾਂ ਦੇ ਸੀਨਿਆਂ 'ਚ ਕਸੀਸ ਉੱਠਦੀ ਉਦੋਂ। ਬਾਪੂਆਂ ਦੇ ਦਿਲਾਂ ਦੀ ਪੀੜ ਜਾਣਦੇ ਦੇਸ਼ ਮੇਰੇ, ਸੋਚਦੇ ਕਿ ਤੂੰ ਕਦੋਂ ਖੁਸ਼ਹਾਲ ਹੋਵੇਂਗਾ ਦੇਸ਼ ਮੇਰੇ। ਭਰੇ ਮਨੀ ਤੋਰਦੇ ਲਾਡਲੇ ਧੀਆਂ ਅਤੇ ਪੁੱਤਾਂ ਨੂੰ, ਡਾਵਾਂਡੋਲ ਦੇਖਦੇ ਜਦ ਤੇਰੇ ਹਾਲਾਤ ਦੇਸ਼ ਮੇਰੇ। ਇਹ ਗੁਰੂਆਂ ਦੀ ਧਰਤੀ, ਇਹ ਦੇਵਾਂ ਦੀ ਪੁਰੀ, ਇਹ ਗੁਰੂਆਂ ਦੀ ਧਰਤੀ, ਇਹ ਦੇਵਾਂ ਦੀ ਪੁਰੀ, ਰੋੜੀ ਬੜੀ ਜ਼ਾਲਮਾ ਭਰੇ ਮਿੱਟੀ ਨਾ ਖੁਰੀ। ਗੁਰਾਂ ਦੇ ਸਦੀਵ ਪਹਿਰੇ ਤੇ ਲਾਲ ਜੰਮਣ ਮਾਵਾਂ, ਤੂੰ ਹੀ ਸਾਡੇ ਸਭ ਦੇ ਮੱਥਿਆਂ ਦੀ ਸਦੀਵੀ ਤੁਰੀ। ਮੇਰੀ ਕਲਮ ਸਿਜਦਾ ਕਰੇ ਉਹਨਾਂ ਰਿਸ਼ਤਿਆਂ ਨੂੰ, ਨਿਭਦੇ ਜੋ ਹਰ ਸਾਹ ਨਾਲ ਉਹਨਾਂ ਰਿਸ਼ਤਿਆਂ ਨੂੰ। ਹਰ ਰਿਸ਼ਤੇ ਦੀ ਇੱਕ ਆਪਣੀ ਹੀ ਖੁਸ਼ਬੂ ਹੁੰਦੀ, ਸਲਾਮ ਭੇਜਾਂ ਭਾਵਨਾ ਭਰੇ ਸਭ ਰਿਸ਼ਤਿਆਂ ਨੂੰ। ਆਖਰੀ ਬੰਦ ਹੈ। ਗੁਰਾਂ ਦੀ ਨਗਰੀ ਨੂੰ ਸੌ ਸੌ ਵਾਰੀ ਸਲਾਮ ਕਰਾਂ, ਰਹਿਮਤ ਗੁਰਾਂ ਦੀ ਗੁਰੂ ਦੀ ਹਰੇਕ ਪਲ ਅਹਿਸਾਸ ਕਰਾਂ। ਪੰਜਾਬ ਹੁਣ ਬੜਾ ਵਿਸ਼ਾਲ ਹੋ ਗਿਆ ਹੈ ਦੂਰ ਤੀਕ, ਹਰ ਦੇਸੀ ਅਤੇ ਪ੍ਰਵਾਸੀ ਲਈ ਮੈਂ ਅਰਦਾਸ ਕਰਾਂ। ਹਰ ਦੇਸੀ ਅਤੇ ਪ੍ਰਵਾਸੀ ਲਈ ਮੈਂ ਅਰਦਾਸ ਕਰਾਂ। ਧੰਨਵਾਦ ਦੋਸਤੋ।